ਦਰਸ਼ਕੋ, ਕਰਤਾਰਪੁਰ ਕੋਰੀਡੋਰ ਨੂੰ ਖੁੱਲ੍ਹੇ ਨੂੰ ਕਾਫੀ ਦੇਰ ਹੋ ਗਿਆ ਹੈਗਾ। 9 ਨਵੰਬਰ ਨੂੰ ਪਿਛਲੇ ਸਾਲ ਇਹੋ ਖੁੱਲ੍ਹਿਆ ਸੀ। ਇੱਧਰਲੀ ਸਾਈਡ ਤੋਂ ਮੋਦੀ ਸਾਹਿਬ ਨੇ ਕੀਤਾ ਸੀ, ਉੱਧਰੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ। ਪਰ ਜਦੋਂ ਦਾ ਖੁੱਲ੍ਹਿਆ ਹੈਗਾ, ਅਨਫੋਰਚੁਨੇਟਲੀ ਜਿਹੜਾ 5000 ਪਰ ਡੇ ਸ਼ਰਧਾਲੂ ਦੀ ਲਿਮਿਟ ਉਹ ਪੂਰੀ ਨਹੀਂ ਹੋ ਸਕੀ, ਕਿਉਂਕਿ ਜਦੋਂ ਵੀ ਸਰਕਾਰੀ ਸਕੀਮ ਕੋਈ ਬਣਦੀ ਆ ਉਹ ਬੇਸਿਕਲੀ ਗਰਾਊਂਡ ਰਿਐਲਿਟੀਜ਼ ਨਹੀਂ ਦੇਖੀ ਜਾਂਦੀ। ਏਸੀ ਕਮਰਿਆਂ ਵਿੱਚ ਜਿਹੜੇ ਕੰਸਰਨਡ ਅਫਸਰ ਬੈਠ ਕੇ ਬਣਾ ਦਿੰਦੇ ਹੈਗੇ ਆ, ਅਤੇ ਇੱਕ ਰਿਟਨ ਐਗਰੀਮੈਂਟ ਹੋ ਜਾਂਦਾ ਹੈਗਾ। ਉਹਨਾਂ ਨੇ ਇਹ ਨਹੀਂ ਦੇਖਿਆ ਹੈਗਾ ਵੀ ਜ਼ਿਆਦਾ ਜਿਹੜੇ ਪਿੰਡਾਂ ਦੇ ਜਿਹੜੇ ਸ਼ਰਧਾਲੂ ਉਹਨਾਂ ਕੋਲ ਪਾਸਪੋਰਟ ਨਹੀਂ ਹੋਣਗੇ ਅਤੇ ਔਨਲਾਈਨ ਬੁਕਿੰਗ ਉਹ ਕਿਵੇਂ ਕਰਾਉਣਗੇ। ਖੈਰ, ਹੌਲੀ ਹੌਲੀ ਇਹ ਕੋਰੀਡੋਰ ਪਾਪੂਲਰਾਈਜ਼ ਹੋ ਰਿਹਾ ਹੈਗਾ। ਹੁਣ ਜਿਹੜੇ ਬਹੁਤ ਸਾਰੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਉਹਨਾਂ ਨੇ ਡਿਸੀਜ਼ਨ ਲਿਆ ਹੈਗਾ, ਉਹ ਆਪਣੇ ਲੈਵਲ 'ਤੇ ਜਿਹੜੇ ਹੈਗੇ ਇੰਡੀਵਿਜੁਅਲ ਜਿੱਥੇ ਲੈ ਕੇ ਜਾਣਗੇ। ਮੇਰੇ ਹਿਸਾਬ ਨਾਲ ਜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਇੰਡੀਵਿਜੁਅਲੀ ਹਰ ਸੰਡੇ ਜਿੱਥੇ ਲੈਣਗੇ ਤਾਂ 5000 ਦੇ ਸ਼ਰਧਾਲੂ ਲਿਮਿਟ ਪੂਰੀ ਆਸਾਨੀ ਨਾਲ ਹੋ ਜਾਏਗੀ। ਇਹ ਹੁਣ ਖਬਰ ਹੈਗੀ। ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਨਜ਼ਾਰੇ ਕਰਨ ਲਈ ਜਥੇਦਾਰ ਕਨਵੰਤ ਸਿੰਘ ਮੰਨਣ ਦੀ ਅਗਵਾਈ 'ਚ ਜੱਥਾ 5 ਅਪ੍ਰੈਲ ਨੂੰ ਰਵਾਨਾ ਹੋਏਗਾ। ਇਹ ਜਲੰਧਰ ਤੋਂ ਕੁਲਵੰਤ ਸਿੰਘ ਮੰਨਣ SGPC ਮੈਂਬਰ ਹੈਗੇ, ਕਾਫੀ ਪੁਰਾਣੇ ਅਤੇ ਸੀਜ਼ਨਡ ਮੈਂਬਰ ਹੈਗੇ। ਇਹਨਾਂ ਨੇ ਹੁਣ ਆਪਣੇ ਸਾਰੇ ਸਾਥੀਆਂ ਨਾਲ ਪੂਰੀ ਇੱਕ ਮੀਟਿੰਗ ਕੀਤੀ, ਉਹਦੇ ਵਿੱਚ ਕਿਹਾ ਵੀ 5 ਤਰੀਕ ਨੂੰ ਜਿਹੜਾ ਜੱਥਾ ਜਾਏਗਾ ਉਹਦੇ ਵਿੱਚ ਘੱਟੋ ਘੱਟ 5000 ਸ਼ਰਧਾਲੂ ਹੋਣਾ ਚਾਹੀਦਾ। ਗੁਰੂ ਨਾਨਕ ਦੇਵ ਜੀ ਦੇ ਇਤਿਹਾਸਿਕ ਅਸਥਾਨ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਦੀਦਾਰ ਕਰਨ ਲਈ ਸੰਗਤ ਵਿੱਚ ਬਹੁਤ ਉਤਸ਼ਾਹ ਤਾਂ ਪਾਇਆ ਜਾ ਰਿਹਾ ਹੈਗਾ, ਪਰ ਸੰਗਤ ਨੂੰ ਕੁਝ ਆ ਰਹੀਆਂ ਮੁਸ਼ਕਲਾਂ ਕਾਰਨ ਜਥੇਦਾਰ ਕੁਲਵੰਤ ਸਿੰਘ ਮੰਨਣ ਮੈਂਬਰ SGPC ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਲੰਧਰ ਦਿਹਾਤੀ ਨੇ 5 ਅਪ੍ਰੈਲ ਦਿਨ ਐਤਵਾਰ ਨੂੰ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਦੀਦਾਰ ਕਰਨ ਲਈ ਜਥਾ ਲੈ ਕੇ ਜਾਣ ਦਾ ਫੈਸਲਾ ਕੀਤਾ ਹੈਗਾ। ਇਹਨਾਂ ਨੇ ਸਮੂਹ ਸਾਧ ਸੰਗਤ ਨੂੰ ਅਪੀਲ ਕੀਤੀ ਹੈਗੀ ਆ ਵੀ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਕਰਨ ਲਈ ਜਾਣਾ ਚਾਹੁੰਦੇ ਹਨ, ਉਹ ਆਪਣੇ ਪਾਸਪੋਰਟ, ਆਧਾਰ ਕਾਰਡ, ਇੱਕ ਫੋਟੋ ਪਾਸਪੋਰਟ ਸਾਈਜ਼ ਅਤੇ ਬਲੱਡ ਗਰੁੱਪ ਦੇ ਵੇਰਵੇ ਸਮੇਤ ਦਫ਼ਤਰ ਸ਼੍ਰੋਮਣੀ ਅਕਾਲੀ ਦਲ ਜਲੰਧਰ ਜਾਂ ਜਿਹੜੇ ਜਲੰਧਰ ਦੇ ਮੁੱਖ ਗੁਰਦੁਆਰੇ ਹੈਗੇ ਆ, ਹਰ ਇੱਕ ਮੁਹੱਲੇ ਵਿੱਚ ਗੁਰਦੁਆਰੇ ਹੈਗੇ ਆ, ਉੱਥੇ ਉਹ ਦੇ ਦੇਣ। ਜਿਵੇਂ ਕੁਛ ਵੀ ਗੁਰਦੁਆਰੇ ਹੈਗੇ ਆ, ਗੁਰਦੁਆਰਾ ਸੋਡਲ, ਛਾਉਣੀ, ਨਿਹੰਗ ਸਿੰਘਾਂ ਵਾਲਾ, ਇਸ ਤਰ੍ਹਾਂ ਬਹੁਤ ਸਾਰੇ ਹੋਰ ਗੁਰਦੁਆਰੇ ਹੈਗੇ, ਅਰਬਨ ਸਟੇਟ ਹੈ, ਗੁਰਦੁਆਰਾ ਸਿੰਘ ਸਭਾ ਬਾਸੀ ਗੁਜਾਂਗ, ਗੁਰਦੁਆਰਾ ਛੇਵੀਂ ਪਾਤਸ਼ਾਹੀ ਬਾਸੀ ਸ਼ੇਖ, ਇਸ ਤਰ੍ਹਾਂ ਬਹੁਤ ਸਾਰੇ ਗੁਰਦੁਆਰੇ, ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਬਾਸੀ ਬਾਬਾ ਖੇਲ, ਗੁਰਦੁਆਰਾ ਪਹਿਲੀ ਪਾਤਸ਼ਾਹੀ, ਰਾਜਾ ਗਾਰਡਨ ਕਲੋਨੀ। ਮਤਲਬ ਮੇਰੇ ਖਿਆਲ ਜਲੰਧਰ ਦੇ ਸਾਰੇ ਗੁਰਦੁਆਰਿਆਂ ਵਿੱਚ ਇਹ ਫੈਸਿਲਿਟੀ ਇਹਨਾਂ ਨੇ ਦਿੱਤੀ ਹੈਗੀ ਆ। ਜਿਹੜੇ ਸ਼ਰਧਾਲੂ ਨਹੀਂ ਆ ਸਕਦੇ ਹੈਗੇ ਅਤੇ ਉਹ ਜਿਹੜੇ ਆਪਣੇ ਪਾਸਪੋਰਟ ਜਾਂ ਜਿੰਨੇ ਰਿਕੁਇਜ਼ਡ ਡਾਕੂਮੈਂਟ, ਇਸ ਤਰ੍ਹਾਂ ਰਾਮਾ ਮੰਡੀ ਗੁਰਦੁਆਰਾ ਸਿੰਘ ਸਭਾ, ਦਸ਼ਮੇਸ਼ ਨਗਰ ਰਾਮਾ ਮੰਡੀ, ਇਸ ਤਰ੍ਹਾਂ ਹੀ ਜਲੰਧਰ ਕੈਂਟ ਦੇ ਗੁਰਦੁਆਰੇ, ਉਹਨਾਂ ਨੇ ਕਿਹਾ 29 ਫਰਵਰੀ 2020 ਤੱਕ ਇਹਨਾਂ ਨਾਲ ਸੰਪਰਕ ਕਰ ਲੈਣ ਤਾਂ ਜੋ ਸਮੇਂ ਸਿਰ ਅਪਲਾਈ ਕੀਤਾ ਜਾ ਸਕੇ। ਇਸ ਮੌਕੇ ਬਹੁਤ ਸਾਰੇ ਉਹਨਾਂ ਦੇ ਨਾਲ ਸਾਥੀ ਜਿਹੜੇ ਉਹ ਵੀ ਇਸ ਮੀਟਿੰਗ ਵਿੱਚ ਮੌਜੂਦ ਸਨ। ਜੇ ਇਸ ਤਰ੍ਹਾਂ SGPC ਮੈਂਬਰ ਜਾਂ ਹੋਰ ਸਿੱਖ ਜਥੇਬੰਦੀਆਂ ਕਰਨਗੀਆਂ ਤਾਂ ਫਿਰ ਵਾਲਾ ਹੀ ਇੱਕ ਜਿਹੜਾ 5000 ਸ਼ਰਧਾਲੂਆਂ ਦਾ ਟਾਰਗੇਟ ਬੜੀ ਆਸਾਨੀ ਨਾਲ ਪੂਰਾ ਹੋ ਜਾਏਗਾ। ਇਸ ਤਰ੍ਹਾਂ ਇੱਕ ਹੋਰ ਖਬਰ ਹੈਗੀ, ਇਹ ਮੁਸਲਿਮ ਵਫਦ ਨੇ ਅਕਾਲ ਤਖ਼ਤ ਦੇ ਜਥੇਦਾਰ ਨਾਲ ਗੱਲਬਾਤ ਕੀਤੀ ਹੈਗੀ ਆ। ਉਹਨਾਂ ਨੇ ਦਿੱਤਾ CAE ਵਿਰੁੱਧ ਸੰਘਰਸ਼ ਦੀ ਅਗਵਾਈ ਲਈ ਸ਼੍ਰੀ ਅਕਾਲ ਤਖ਼ਤ ਸਕੱਤਰੇਤ ਵਿਖੇ ਮੁਸਲਿਮ ਭਾਈਚਾਰੇ ਨੇ ਦਿੱਤਾ ਮੰਗ ਪੱਤਰ।
ਅਤੇ ਜਿਵੇਂ ਸਾਨੂੰ ਪਤਾ ਸਿਟੀਜ਼ਨ ਅਮੈਂਡਮੈਂਟ ਬਿੱਲ ਜਿਹੜਾ ਹੈਗਾ ਇਹ ਠੀਕ ਨਹੀਂ ਲੱਗਦਾ ਲੋਕਾਂ ਨੂੰ। ਸੰਗਰੂਰ ਜ਼ਿਲ੍ਹੇ ਦੇ ਅਹਿਮਦਗੜ੍ਹ ਤੋਂ ਮੁਸਲਿਮ ਭਾਈਚਾਰੇ ਦੀ ਜੁਆਇੰਟ ਐਕਸ਼ਨ ਕਮੇਟੀ ਦਾ ਵਫਦ ਅਕਾਲ ਤਖ਼ਤ ਦੇ ਸਕੱਤਰੇਤ ਪਹੁੰਚਿਆ, ਜਿਸ ਨੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਸ਼੍ਰੀ ਅਕਾਲ ਤਖ਼ਤ ਤੋਂ ਅਗਵਾਈ ਲਈ ਮੰਗ ਪੱਤਰ ਸੌਂਪਿਆ। ਸ਼੍ਰੀ ਹਰਿਮੰਦਰ ਸਾਹਿਬ ਦੇ ਪਲਾਜ਼ਾ ਵਿਖੇ ਸਮੂਹਕ ਤੌਰ 'ਤੇ ਜੁਮੇ ਦੀ ਨਵਾਜ਼ ਅਦਾ ਕੀਤੀ। ਮੁਸਲਿਮ ਆਗੂ ਫੁਰਕਾਨ ਅਹਿਮਦ ਨੇ ਕਿਹਾ, ਸ਼੍ਰੀ ਅਕਾਲ ਤਖ਼ਤ ਸਾਹਿਬ ਜਿਸ ਤੋਂ ਜਾਰੀ ਹੋਣ ਵਾਲਾ ਹਰ ਫੈਸਲਾ ਦੁਨੀਆ ਭਰ 'ਚ ਵਸਦੇ ਸਿੱਖਾਂ ਲਈ ਮੰਨਿਆ ਜਾਂਦਾ ਹੈਗਾ ਅਤੇ ਬੜੀ ਸ਼ਰਧਾ ਨਾਲ ਬਲ ਕੇ ਮੰਨਿਆ ਜਾਂਦਾ ਹੈਗਾ, ਬਹੁਤ ਹੀ ਭਰੋਸੇਯੋਗ ਹੁੰਦਾ ਅਤੇ ਕਾਬਲੇ ਕਬੂਲ ਹੁੰਦਾ ਹੈਗਾ। ਉਹਨਾਂ ਕਿਹਾ, ਦੇਸ਼ ਦੇ ਮੌਜੂਦਾ ਹਾਲਾਤ ਨਾਗਰਿਕਤਾ ਸੋਧ ਕਾਨੂੰਨ ਦੇ ਫਿਰਕਿਆਂ ਵਿੱਚ ਨਫ਼ਰਤ ਦੂਰੀ ਲਿਆਉਣ ਲਈ ਲਿਆਂਦਾ ਗਿਆ ਹੈ। ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਆਪਣਾ ਨਜ਼ਰੀਆ ਪੇਸ਼ ਕਰਕੇ ਸਮੁੱਚੇ ਸਿੱਖ ਭਾਈਚਾਰੇ ਨੂੰ ਇਸ ਕਾਨੂੰਨ ਖਿਲਾਫ਼ ਆਵਾਜ਼ ਬੁਲੰਦ ਕਰਨ ਲਈ ਸੇਧ ਦਿੱਤੀ ਜਾਵੇ। ਇਸ ਦੌਰਾਨ ਮੁਸਲਿਮ ਭਾਈਚਾਰੇ ਦੇ ਬਹੁਤ ਸਾਰੇ ਜਿਹੜੇ ਲੋਕ ਹੈਗੇ ਆ ਉਹ ਅਕਾਲ ਤਖ਼ਤ ਸਕੱਤਰੇਤ ਵਿਖੇ ਆਏ। ਉਹਨਾਂ ਨੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਨਾਅਰੇ ਵੀ ਲਾਏ। ਨਾਲ ਭਾਈਚਾਰੇ ਦੇ ਲੋਕਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸ਼੍ਰੀ ਗੁਰੂ ਰਾਮਦਾਸ ਲੰਗਰ ਵਿਖੇ ਲੰਗਰ ਛਕਿਆ। ਇਸ ਤੋਂ ਬਾਅਦ ਭਾਈਚਾਰੇ ਨੇ ਹਰਿਮੰਦਰ ਸਾਹਿਬ ਪਲਾਜ਼ਾ ਵਿਖੇ ਸਮੂਹਕ ਤੌਰ 'ਤੇ ਜੁਮੇ ਦੀ ਨਮਾਜ਼ ਵੀ ਅਦਾ ਕੀਤੀ ਹੈਗੀ। ਇਹ ਦਰਸ਼ਕੋ ਫੋਟੋ ਹੈਗੀ ਆ ਹਰਿਮੰਦਰ ਸਾਹਿਬ ਦੇ ਪਲਾਜ਼ਾ ਵਿੱਚ ਜਿਹੜੇ ਮੁਸਲਿਮ ਭਾਈਚਾਰੇ ਦੇ ਲੋਕ ਹੈਗੇ ਆ ਸੱਜਣ ਹੈਗੇ ਆ ਇਹ ਨਮਾਜ਼ ਅਦਾ ਕਰਦੇ ਹੋਏ। ਦਰਸ਼ਕੋ, ਪੰਜਾਬ ਵਿੱਚ ਹਰ ਇੱਕ ਹਿੰਦੂ ਮੁਸਲਿਮ ਸਿੱਖ ਇਹਨਾਂ ਤਿੰਨਾਂ ਦੀ ਬਹੁਤ ਈਵਨ ਈਸਾਈਆਂ ਦੀ ਵੀ ਬਹੁਤ ਨੇੜਤਾ ਹੈਗੀ ਆ, ਬਹੁਤ ਇੱਕ ਕਿਸਮ ਦਾ ਮਿਊਚੁਅਲ ਪੀਸ ਅਤੇ ਬ੍ਰਦਰਹੁੱਡ ਹੈ। ਇਸ ਤਰ੍ਹਾਂ ਹੀ ਅੰਗਰੇਜ਼ੀ ਅਖਬਾਰ ਦੀ ਵੀ ਖਬਰ ਹੈਗੀ, ਮੁਸਲਿਮ ਕਮਿਊਨਿਟੀ ਅੰਡਰ ਦਾ ਬੈਨਰ ਆਫ ਅਹਿਮਦਗੜ੍ਹ ਜੁਆਇੰਟ ਐਕਸ਼ਨ ਕਮੇਟੀ ਟੂਡੇ ਸ਼ੋਰਟ ਇੰਟਰਵੈਂਸ਼ਨ ਆਫ ਅਕਾਲ ਤਖ਼ਤ ਅਗੇਂਸਟ ਸਿਟੀਜ਼ਨ ਅਮੈਂਡਮੈਂਟ ਐਕਟ, ਲੇਟਰ ਔਨ ਦੇ ਆਲਸੋ ਆਫਰ ਨਵਾਜ਼ ਔਨ ਦਾ ਪ੍ਰਿੰਸਸ ਆਫ ਗੋਲਡਨ ਟੈਂਪਲ ਪਲਾਜ਼ਾ ਇਨ ਦਾ ਆਫਟਰਨੂਨ। ਦਾ ਗਰੁੱਪ ਹੈਡ ਏ ਬਰੀਫ ਮੀਟਿੰਗ ਵਿਦ ਅਕਾਲ ਤਖ਼ਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਅਨਸੈਸਰੀ ਜਿਹੜਾ ਮੋਦੀ ਸਾਹਿਬ ਇਹ ਕਾਨੂੰਨ ਲੈ ਕੇ ਆਏ ਕਮਿਊਨਿਟੀਜ਼ ਵਿੱਚ ਡਿਫਰੈਂਸ ਪਾਉਂਦਾ ਹੈਗਾ। ਦਾ ਹੈੱਡ ਆਫ ਕਮੇਟੀ ਜੀ ਸ਼ਾਨ ਹੈਦਰ ਸੈਡ ਦਾ ਸਿਟੀਜ਼ਨ ਅਮੈਂਡਮੈਂਟ ਇੱਕ ਬੀ ਜੇ ਪੀ ਲੈੱਡ ਗੌਰਮੈਂਟ ਹੈਜ਼ ਬਿਨ ਕ੍ਰੀਏਟਿੰਗ ਫਰੈਕਸ਼ਨ ਅਮੰਗਸ ਦਾ ਕਮਿਊਨਿਟੀਜ਼। ਹੀ ਸੈਡ ਡਿਊਰਿੰਗ ਪਾਰਟੀਸ਼ਨ ਦਾ ਫੋਰ ਫਾਦਰਸ ਕੁੱਡ ਹੈਵ ਮਾਈਗ੍ਰੇਟਡ ਟੂ ਪਾਕਿਸਤਾਨ ਬਟ ਦੇ ਚੋਸ ਟੂ ਸਟੇ ਇਨ ਇੰਡੀਆ। ਇੰਡੀਆ ਇਜ਼ ਅਵਰ ਹੋਮ ਐਂਡ ਵੀ ਆਲਵੇਜ਼ ਕੰਟਰੀਬਿਊਟ ਟੁਵਾਰਡ ਦੈਟ ਪ੍ਰੋਸਪਰਟੀ, ਜੈਟ ਦਾ ਮੋਦੀ ਲੈੱਡ ਗੌਰਮੈਂਟ ਇਜ਼ ਬੈਂਟ ਔਨ ਗਿਵਿੰਗ ਅਸ ਏ ਸਟੈਪ ਮਦਰਲੀ ਟ੍ਰੀਟਮੈਂਟ। ਵੀ ਹੈਵ ਅਪਰੋਚ ਦਾ ਜਥੇਦਾਰ ਅਕਾਲ ਤਖ਼ਤ ਟੂ ਵਾਇਸ ਅਵਰ ਕੰਸਰਨ ਅਮੰਗਸ ਦਾ ਸਿੱਖਸ ਵਰਲਡ ਵਾਈਡ ਓਵਰ। ਇਹ ਜਿਹੜੇ ਹੈਗੇ ਆ ਮੁਸਲਿਮ ਭਾਈਚਾਰੇ ਦੇ ਇਹ ਵੈਸੇ ਇਹ ਦਰਸ਼ਕੋ ਇਹ ਤੁਹਾਨੂੰ ਦੱਸ ਦਈਏ ਇਸ ਸੰਬੰਧ ਵਿੱਚ ਵੱਖ ਵੱਖ ਈਵਨ ਹਿੰਦੂ ਲੋਕ ਵੀ ਜਿਹੜੇ ਰਾਈਟ ਥਿੰਕਿੰਗ ਹਿੰਦੂ ਲੋਕ ਸਿੱਖ ਲੋਕ ਇਹ ਆਲਰੇਡੀ ਪ੍ਰੋਟੈਸਟ ਕਰਦੇ ਆ। ਬਾਕੀ ਡੇਰਾ ਬਾਬਾ ਨਾਨਕ ਬਾਰਡਰ 'ਤੇ ਅਸੀਂ ਕੁਝ ਸ਼ਰਧਾਲੂਆਂ ਨਾਲ ਗੱਲਬਾਤ ਕੀਤੀ, ਆਓ ਸੁਣਦੇ ਹਾਂ। ਹਾਂਜੀ, ਕੀ ਨਾਂ ਆਪਣਾ ਭਾਈ ਸਾਹਿਬ? ਨਵਪ੍ਰੀਤ ਸਿੰਘ। ਕਿਹੜਾ ਪਿੰਡ ਹੈ ਆਪਣਾ ਨਵਪ੍ਰੀਤ ਜੀ? ਘੋਨੇਵਾਲਾ। ਕਿੱਥੇ ਗਿਆ ਇਹ ਘੋਨੇਵਾਲਾ? ਘੋਨੇਵਾਲਾ ਜੀ ਰਮਦਾਸ ਦੇ ਨਾਲ ਹੈ। ਰਮਦਾਸ ਦੇ ਪਹਿਲੀ ਵਾਰੀ ਆਏ ਹੋ ਕੋਰੀਡੋਰ ਅੱਜ? ਹਾਂਜੀ ਹਾਂਜੀ। ਕਿੱਦਾਂ ਮਨ ਖੁਸ਼ ਹੋ ਗਿਆ ਅਰੇਂਜਮੈਂਟ ਦੇਖ ਕੇ? ਅਰੇਂਜਮੈਂਟ ਦੇਖ ਕੇ ਜੀ ਇੰਨਾ ਵਧੀਆ ਨਹੀਂ ਲੱਗਾ ਜੀ। ਕਿਉਂ? ਕਿਉਂਕਿ ਇੱਕ ਤਾਂ ਉਹ ਦੂਰਬੀਨ ਕਹਿੰਦੇ ਆ ਖਰਾਬ ਆ। ਅੱਛਾ ਅੱਛਾ। ਹਾਂਜੀ, ਦੂਰਬੀਨ ਰਾਹੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਹੀਂ ਹੋਏ ਹੈਗੇ? ਨਹੀਂ ਹੋਏ ਜੀ। ਅੱਛਾ, ਖਰਾਬ ਆ ਦੂਰਬੀਨ? ਹਾਂਜੀ ਹਾਂਜੀ। ਕਦੋਂ ਕਦੀ ਖਰਾਬ ਹੋਇਆ ਮੈਨੂੰ ਅੱਜ ਹੀ ਪਤਾ ਲੱਗਾ। ਕਹਿੰਦੇ ਜੀ ਕੱਲ੍ਹ ਦੀ ਖਰਾਬ ਹੈ। ਕੱਲ੍ਹ ਦੀ ਖਰਾਬ? ਹਾਂਜੀ ਹਾਂਜੀ। ਅਦਰਵਾਈਜ਼ ਇਹ ਪੂਰਾ ਕੰਪਲੈਕਸ ਦੇਖ ਕੇ ਮਨ ਖੁਸ਼ ਹੋ ਗਿਆ ਕਿ ਨਹੀਂ? ਹਾਂਜੀ ਹਾਂਜੀ, ਉੱਧਰ ਦੇ ਭਾਜੀ ਮਤਲਬ ਬਹੁਤ ਵਧੀਆ ਕੰਮ ਕੀਤਾ ਇਮਰਾਨ ਖਾਨ ਨੇ। ਇਮਰਾਨ ਖਾਨ? ਹਾਂਜੀ, ਬਹੁਤ ਵਧੀਆ ਕੰਮ ਕੀਤਾ ਜੀ, ਪਰ ਜਾਣ ਅਜੇ ਹੋਇਆ ਨਹੀਂ। ਕਿਉਂ ਨਹੀਂ ਹੋਇਆ? ਅਜੇ ਉਹ ਕਹਿੰਦੇ ਅਪੁਆਇੰਟਮੈਂਟ ਲੈਣੀ ਪੈਂਦੀ ਆ। ਹਾਂ, ਪਾਸਪੋਰਟ ਬਣਿਆ ਕਿ ਨਹੀਂ? ਹਾਂਜੀ ਹਾਂਜੀ ਬਣਿਆ। ਔਨਲਾਈਨ ਬੁਕਿੰਗ ਕਰਾਓ, ਉਹ 'ਚ ਕੀ ਆ 8-10 ਦਿਨ ਦਾ ਗੈਪ ਚਾਹੀਦਾ ਹੈਗਾ। ਹਾਂਜੀ ਹਾਂਜੀ, ਉਹ ਡੇਟ ਹੁਣ ਕਰਵਾਵਾਂਗੇ, ਸਾਨੂੰ ਪਤਾ ਹੀ ਨਹੀਂ, ਤਾਂ ਦੂਰਬੀਨ ਤੋਂ ਵੇਖਣ ਆਏ ਸੀ ਅਸੀਂ। ਅੱਛਾ ਅੱਛਾ, ਇਹ ਤੁਹਾਨੂੰ ਪ੍ਰੋਸੀਜਰ ਨਹੀਂ ਸੀ ਪਤਾ? ਨਹੀਂ ਪਤਾ ਸੀ। ਗੁੱਡ ਗੁੱਡ, ਹੁਣ ਪਤਾ ਲੱਗ ਗਿਆ ਪ੍ਰੋਸੀਜਰ? ਹੁਣ ਪਤਾ ਲੱਗ ਗਿਆ। ਹਾਂਜੀ ਹਾਂਜੀ, ਤੁਹਾਡਾ ਨਾਂ ਕੀ ਮੈਡਮ? ਅਸ਼ਵਿੰਦਰ ਕੌਰ। ਹੈ? ਅਸ਼ਵਿੰਦਰ ਕੌਰ। ਵਾਹ ਵਾਹ, ਬਹੁਤ ਵਧੀਆ ਨਾਂ, ਅਸ਼ਵਿੰਦਰ ਕੌਰ। ਹਾਂਜੀ, ਕੀ ਕਰਦੇ ਹੋ? ਮੈਂ ਜੌਬ ਕਰਦੀ ਹਾਂ। ਅੱਛਾ, ਕਿੱਥੇ? ਕੈਨੇਡਾ 'ਚ। ਓ ਅੱਛਾ, ਕੈਨੇਡਾ 'ਚ। ਹਾਂਜੀ। ਗੁੱਡ ਗੁੱਡ, ਕਿਹੜੀ ਜਗ੍ਹਾ ਰਹਿੰਦੇ ਕੈਨੇਡਾ? ਟੋਰਾਂਟੋ। ਟੋਰਾਂਟੋ, ਕਿੰਨੀ ਕੁ ਦੇਰ ਗਿਆ ਨੂੰ ਹੋ ਗਈ ਤੁਹਾਨੂੰ?
ਆਲਮੋਸਟ 2.5 ইয়ার্স 2.5 ইয়ার্স ਪੜ੍ਹਾਈ ਲਈ ਗਏ ਸੀ ਕਿ ਜਾਂ ਪੀਆਰ ਲਈ ਗਏ ਸੀ ਪੜ੍ਹਾਈ ਕਿਹੜੀ ਪੜ੍ਹਾਈ ਪਹਿਲਾਂ ਕੀਤੀ ਸੀ ਉੱਥੇ ਹਿਊਮਨ ਰਿਸੋਰਸਸ ਹਿਊਮਨ ਰਿਸੋਰਸਸ ਕਿਵੇਂ ਦੇ ਲੱਗਾ ਉੱਥੇ ਪੈਸੇ ਪੂਸੇ ਚੰਗੇ ਕਮਾ ਲੈਂਦੇ ਕਿੰਨੀ ਦੇਰ ਲਈ ਹੁਣ ਇੱਥੇ ਆਏ ਹੋ 1 ਮੰਥ ਕਿੰਨੀ ਦੇਰ ਹੋ ਗਈ ਆਇਆ ਨੂੰ 10 ਡੇਜ਼ ਅੱਛਾ 10 ਡੇਜ਼ ਅੱਛਾ ਜਿਹੜੇ ਮੈਨੂੰ ਦੱਸੋ ਜਿਹੜੇ ਇੱਧਰੋਂ ਪੜ੍ਹਨ ਲਈ ਖਾਸ ਤੌਰ ਤੇ ਲੜਕੇ ਲੜਕੀਆਂ ਜਾਂਦੇ ਹੈਗੇ ਜਾਂ ਜਾਣਾ ਚਾਹੁੰਦੇ ਹਾਂਜੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਪੰਜਾਬ ਦੇ ਲੜਕੇ ਜਾਂ ਲੜਕੀਆਂ ਨੂੰ ਜਿਹੜੇ ਕੈਨੇਡਾ ਖਾਸ ਤੌਰ ਤੇ ਜਾਣਾ ਚਾਹੁੰਦੇ ਹੈਗੇ ਨਹੀਂ ਕਹੂੰਗੀ ਕਿ ਥੋੜੀ ਕੁਆਲੀਫਿਕੇਸ਼ਨ ਲੈ ਕੇ ਜਾਣ ਤਾਂ ਬੈਟਰ ਹੈ ਬੈਟਰ ਆ ਪਲੱਸ 2 ਤੋਂ ਬਾਅਦ ਜਾਣ ਤੋਂ ਬਾਅਦ ਥੋੜਾ ਸਟਰਗਲ ਜ਼ਿਆਦਾ ਹੈ ਪਲੱਸ ਬਹੁਤ ਸਾਰੇ ਪਲੱਸ 2 ਤੋਂ ਬਾਅਦ ਜਾਂਦੇ ਉਹ ਸਟਰਗਲ ਜ਼ਿਆਦਾ ਹੈ ਜੇ ਡਿਗਰੀ ਕਰਕੇ ਜਾਣ ਤਾਂ ਪੋਸਟ ਗ੍ਰੈਜੂਏਸ਼ਨ ਲਈ ਉਹ ਜ਼ਿਆਦਾ ਬੈਟਰ ਹੈ ਬੈਟਰ ਇਹ ਤੁਸੀਂ ਕੋਰੀਡੋਰ ਦੇਖਿਆ ਮਨ ਖੁਸ਼ ਹੋ ਗਿਆ ਹਾਂਜੀ ਵਧੀਆ ਲੱਗਿਆ ਤੁਹਾਡੇ ਕੋਲ ਤਾਂ ਪਾਸਪੋਰਟ ਹੈਗਾ ਹੀ ਆ ਜਦੋਂ ਅਗਲੀ ਵਾਰੀ ਆਓ ਤੇ ਫਿਰ ਤੁਸੀਂ ਆਨਲਾਈਨ ਬੁਕਿੰਗ ਕਰਾ ਕੇ ਜਾ ਸਕਦੇ ਹੈ ਆਲ ਦਾ ਬੈਸਟ ਥੈਂਕ ਯੂ ਹਾਂਜੀ ਭਾਈ ਸਾਹਿਬ ਕੀ ਨਾਮ ਆਪਣਾ ਮੇਜਰ ਸਿੰਘ ਜੀ ਵਾਹ ਵਾਹ ਬੜਾ ਆਰਮੀ ਵਾਲਾ ਨਾਮ ਰੱਖਿਆ ਮੇਜਰ ਸਿੰਘ ਆਰਮੀ ਗੁੱਡ ਵੈਰੀ ਗੁੱਡ ਕਿਹੜਾ ਪਿੰਡ ਆ ਮੇਜਰ ਜੀ ਆਪਣਾ ਨਾਨੋਗੇ ਸਰ ਕਿੱਥੇ ਗਿਆ ਇਹੋ ਇਹ ਸਰ ਅਰਦਾਸ ਤੋਂ 12 ਕਿਲੋਮੀਟਰ ਉਹ ਅੱਛਾ ਮਤਲਬ ਡੇਰਾ ਬਾਬਾ ਨਾਨਕ ਦੇ ਲੱਗੇ ਹੀ ਆ ਅੱਛਾ ਇਹ ਮੁਬਾਰਕਾਂ ਤੁਹਾਡਾ ਡੇਰਾ ਬਾਬਾ ਨਾਨਕ ਤਾਂ ਇਹ ਬੜਾ ਇੰਟਰਨੈਸ਼ਨਲ ਲੈਵਲ ਦਾ ਮਸ਼ਹੂਰ ਹੋ ਗਿਆ ਬਹੁਤ ਬਹੁਤ ਜੀ ਸਰ ਇਹ ਜਦੋਂ ਦਾ ਕੋਰੀਡੋਰ ਬਣਿਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਹੁਤ ਸੋਹਣਾ ਕੀਤਾ ਸੀ ਗਵਰਨਮੈਂਟ ਨੇ ਸਰ ਹਾਂਜੀ ਹਾਂਜੀ ਬਹੁਤ ਹੀ ਵਧੀਆ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਦਰਸ਼ਨ ਹੋ ਰਹੇ ਹਨ ਸਾਹਮਣੇ ਸਾਹਮਣੇ ਆਣੇ ਜਾਣੇ ਹਾਂਜੀ ਹਾਂਜੀ ਬਹੁਤ ਹੀ ਵਧੀਆ ਗੁਰਦੁਆਰਾ ਸਰ ਠੀਕ ਅਜੇ ਉੱਧਰ ਤਾਂ ਫਿਰ ਤੁਹਾਨੂੰ ਜਾਣੇ ਦਾ ਮੌਕਾ ਨਹੀਂ ਮਿਲਿਆ ਹੋਣਾ ਹਨਾ ਮਿਲ ਜਾਏਗਾ ਗੁਰੂ ਮਹਾਰਾਜ ਨੂੰ ਜਦੋਂ ਦਰਸ਼ਨ ਦੇਣੇ ਹੋਣਗੇ ਆਪਣੇ ਆਪ ਬੁਲਾ ਲੈਣਾ ਅੱਛਾ ਚਲੋ ਵਧੀਆ ਵਧੀਆ ਬਹੁਤ ਅੱਛਾ ਬਹੁਤ ਅੱਛਾ ਹਾਂਜੀ ਮੈਡਮ ਤੁਹਾਡਾ ਨਾਮ ਕੀ ਆ ਕਿਰਨਪ੍ਰੀਤ ਤੁਹਾਡਾ ਪਿੰਡ ਵੀ ਇਹੋ ਹੀ ਆ ਹਾਊਸ ਵਾਈਫ ਹੋ ਤੁਸੀਂ ਕੀ ਕਰਦੇ ਅੱਛਾ ਅੱਛਾ ਚਲੋ ਵਧੀਆ ਕਿਹੜਾ ਪਿੰਡ ਤੁਹਾਡਾ ਆਪਣਾ ਪੇਕੇ ਤੁਹਾਡੇ ਕਿੱਥੇ ਆ ਮੇਰੇ ਰਮਦਾਸ ਲਾਗੇ ਲਾਗੇ ਫਿਰ ਤਾਂ ਚਲੋ ਇਹ ਕੋਰੀਡੋਰ ਪਹਿਲੀ ਵਾਰੀ ਆਏ ਹੋ ਹਾਂਜੀ ਸਰ ਮੈਂ ਅੱਗੇ ਵੀ ਆਏ ਸੀ ਪਰ ਹੁਣ ਬਣੇ ਤੇ ਪਹਿਲੀ ਵਾਰੀ ਆਏ ਅੱਛਾ ਬਣੇ ਤੇ ਪਹਿਲੀ ਵਾਰੀ ਆਏ ਪਾਸਪੋਰਟ ਬਣਿਆ ਕਿ ਨਹੀਂ ਤੁਹਾਡਾ ਨਹੀਂ ਨਹੀਂ ਸਰ ਪਾਸਪੋਰਟ ਬਣਾਓ ਤੇ ਫਿਰ ਜਾਓ ਉੱਥੇ ਗੁਰੂ ਨਾਨਕ ਦੇ ਚਰਨਾਂ 'ਚ ਜਾ ਕੇ ਬੈਠੋ ਹੈ ਚਲੋ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਧੰਨਵਾਦ ਨਿਰਮਲਜੀਤ ਸਿੰਘ ਮੱਲੀ ਵਾਹ ਜੀ ਕਿੱਥੋਂ ਆਏ ਨੇ ਮੱਲੀ ਸਾਹਿਬ ਮੈਂ ਹੁਣ ਤਾਂ ਵੈਸੇ ਪਿੰਡ ਤੋਂ ਆਇਆ ਅੱਛਾ ਜੀ ਪਿੰਡ ਤੋਂ ਮੱਲੀਆਂ ਕਲਾਂ ਕਿੱਥੇ ਆਏ ਹੋ ਤਹਿਸੀਲ ਨਕੋਦਰ ਤੇ ਜ਼ਿਲ੍ਹਾ ਜਲੰਧਰ ਓ ਹਾਂ ਜਲੰਧਰ ਦੇ ਲਾਗੇ ਮੱਲੀਆਂ ਉਦਾਂ ਬਾਹਰੋਂ ਕਿੱਥੇ ਰਹਿੰਦੇ ਬਾਹਰ ਕਿੱਥੇ ਰਹਿੰਦੇ ਮੈਂ ਵੈਨਕੂਵਰ ਸਰੀ 'ਚ ਰਹਿੰਦਾ ਜੀ ਸਰੀ ਅੱਛਾ ਕੈਨੇਡਾ ਹੈ ਕੈਨੇਡਾ 'ਚ ਵਾਹ ਜੀ ਵਾਹ ਬਹੁਤ ਖੁਸ਼ੀ ਦੀ ਗੱਲ ਕਦੋਂ ਆਏ ਸੀ ਆਪਣੇ ਕੈਨੇਡਾ ਤੋਂ ਮੈਂ ਆਇਆ ਸੀ ਇਹਦੀ 15 ਨਵੰਬਰ ਨੂੰ ਅੱਛਾ 15 ਨਵੰਬਰ ਨੂੰ ਬਾਬੇ ਨਾਨਕ ਦੇ ਰੌਣਕ ਮੇਲਾ ਸਾਰੇ ਦੇਖੇ ਫਿਰ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਹਾਂਜੀ ਉੱਥੇ ਟੀਵੀ ਉੱਥੇ ਦੇਖਦੇ ਰਹੇ ਸੀ ਉੱਥੇ ਦੇ ਇੱਥੇ ਅੱਜ ਪਹਿਲੀ ਵਾਰੀ ਆਏ ਹੋ ਇੱਧਰ ਇੱਥੇ ਪਹਿਲੀ ਵਾਰੀ ਆ ਅੱਛਾ ਅੱਛਾ ਚਲੋ ਕਰਤਾਰ ਡੇਰਾ ਬਾਬਾ ਨਾਨਕ ਵੀ ਪਹਿਲੀ ਵਾਰੀ ਆਇਆ ਵਾਹ 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 ਇਹ ਫਿਰ ਕੋਰੀਡੋਰ ਸਾਨੂੰ ਖਿੱਚ ਕੇ ਲਾਇਆ ਹੈ ਹਾਂਜੀ ਹਾਂਜੀ ਚਲੋ ਮੈਂ ਕਿਹਾ ਚਲੋ ਅੱਗੇ ਤਾਂ ਨਹੀਂ ਅਸੀਂ ਜਾਵਾਂਗੇ ਅੱਜ ਹਾਂ ਹਾਂ ਪਰਮਿਸ਼ਨ ਨਹੀਂ ਸੀ ਲਈ ਅੱਛਾ ਅੱਛਾ ਤੇ ਮੈਂ ਕਿਹਾ ਚਲੋ ਇਹ ਸਾਰਾ ਏਰੀਆ ਜਾਂ ਜੋ ਬਣਿਆ ਹੈਗਾ ਹਾਂਜੀ ਉਹ ਦੇਖ ਆਈਏ ਦੇਖੀ ਹਾਂ ਤੁਸੀਂ ਤਾਂ ਵੈਸੇ ਚਲੋ ਬਾਹਰਲੇ ਸਿਟੀਜ਼ਨ ਤੁਸੀਂ ਤਾਂ ਸਿੱਧਾ ਵੀ ਵੀਜ਼ਾ ਲੈ ਕੇ ਜਾ ਸਕਦੇ ਹੋ ਜੇ OCI ਕਾਰਡ ਹੈ ਤਾਂ ਇਧਰੋਂ ਵੀ ਜਾ ਸਕਦੇ ਹੋ ਹਾਂਜੀ ਹਾਂਜੀ ਖੈਰ ਮੈਂ ਰਹਿਣਾ ਦਾ ਸਰੀ ਹਾਂ ਅੱਛਾ ਅੱਛਾ ਪਰ ਮੇਰੇ ਕੋ ਇੰਡੀਅਨ ਪਾਸਪੋਰਟ ਹੈ ਅੱਛਾ ਇੰਡੀਅਨ ਫਿਰ ਤਾਂ ਇਧਰੋਂ ਵੀਜ਼ਾ ਲੈ ਕੇ ਇਧਰੋਂ ਤਾਂ ਵੈਸੇ ਜਾ ਸਕਦੇ ਹੋ ਅੱਛਾ ਕਰਤਾਰਪੁਰ ਕੋਰੀਡੋਰ ਹੁਣ ਆ ਗਏ ਤੁਸੀਂ ਇੱਥੇ ਬਾਰਡਰ ਤੇ ਖੜੇ ਹਾਂਜੀ ਕੋਰੀਡੋਰ ਬਾਰੇ ਕੀ ਵਿਚਾਰ ਹੈ ਤੁਹਾਡੇ ਕੋਰੀਡੋਰ ਬਾਰੇ ਜੀ ਇਹ ਵਿਚਾਰ ਹੈ ਵੀ ਬਹੁਤ ਵਧੀਆ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈਗੀ ਆ ਹਾਂਜੀ ਸਾਨੂੰ ਸਾਰੀ ਸਿੱਖ ਕਮਿਊਨਿਟੀ ਨੂੰ ਔਰ ਸਾਰੇ ਇੰਡੀਅਨਸ ਨੂੰ ਹਾਂਜੀ ਹਾਂਜੀ ਤੇ ਸਾਰੇ ਹੀ ਵਰਗਾਂ ਦੇ ਲੋਕਾਂ ਨੂੰ ਹਾਂਜੀ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਵੀ ਸਾਰੀ ਕਮਿਊਨਿਟੀ ਨੂੰ ਸਾਰੀ ਮਨੁੱਖਤਾ ਨੂੰ ਉਹਨਾਂ ਦਾ ਸਾਂਝਾ ਉਪਦੇਸ਼ ਸੀਗਾ ਜੀ ਹਾਂਜੀ ਹਾਂਜੀ ਤੇ ਇਸ ਕਰਕੇ ਅਸੀਂ ਹਿੰਦੁਸਤਾਨ ਗਵਰਨਮੈਂਟ ਦਾ ਮੋਦੀ ਜੀ ਦਾ ਤੇ ਇਹਨਾਂ ਦਾ ਪਾਕਿਸਤਾਨ ਗਵਰਨਮੈਂਟ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਖਾਸ ਕਰਕੇ ਮੈਂ ਆਪਣੇ ਜਿਹੜੇ ਸਾਡੇ ਜਲੰਧਰ ਦੇ ਸੀਗੇ ਜੀ ਜਲੰਧਰ ਨੂੰ ਬਿਲੋਂਗ ਕਰਦੇ ਸਿੰਘ ਵਡਾਲਾ ਹਾਂਜੀ ਹਾਂਜੀ ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਹਾਂਜੀ ਹਾਂਜੀ ਉਹਨਾਂ ਦਾ ਵੱਡਾ ਯੋਗਦਾਨ ਸੀ ਔਰ ਉਹ 1997 ਤੋਂ 98 ਤੋਂ ਹਾਂਜੀ ਇਸ ਸਬੰਧ ਦੇ ਵਿੱਚ ਉਹਨਾਂ ਨੇ ਗੱਲ ਸ਼ੁਰੂ ਕੀਤੀ ਸੀਗੀ ਇੱਥੇ ਅਰਦਾਸਾਂ ਵੀ ਕਰਦੇ ਸੀ ਸੀਗੇ ਤੇ ਖੈਰ ਮੈਂ ਉਦੋਂ ਉਹਨਾਂ ਦੇ ਨਾਲ ਤਾਂ ਨਹੀਂ ਆ ਸਕਿਆ ਪਰ ਅਸੀਂ ਉਦੋਂ ਮਨ 'ਚ ਸੋਚਦੇ ਹੁੰਦੇ ਸੀ ਆਪਣੇ ਵੀ ਇਹ ਕਿਸ ਤਰ੍ਹਾਂ ਹੋ ਸਕਦਾ ਜੋ ਵਡਾਲਾ ਸਾਹਿਬ ਦੀ ਸੋਚ ਹੈਗੀ ਆ ਵੀ ਦੋ ਮੁਲਕਾਂ ਦਾ ਆਪਸ ਵਿੱਚ ਜਾ ਕੇ ਉਦੋਂ ਮੈਂ ਵੀ ਇਹ ਸੋਚਦਾ ਸੀ ਵੀ ਸ਼ਾਇਦ ਇਹ ਪੋਸੀਬਲ ਨਹੀਂ ਪਰ ਤੁਸੀਂ ਬਾਬੇ ਨਾਨਕ ਦੀ ਕਿਰਪਾ ਨਾਲ ਹਾਂਜੀ ਹਾਂਜੀ ਇਹ ਪੋਸੀਬਲ ਅਸੀਂ ਸੋਚਦੇ ਸੀ ਵੀ ਬਾਕੀ ਦਰਸ਼ਕੋ ਜਿੰਨੇ ਵੀ ਸ਼ਰਧਾਲੂ ਲੋਕ ਪੰਜਾਬ ਵਿੱਚੋਂ ਇੰਡੀਆ ਵਿੱਚੋਂ ਜਾਂ ਵਰਲਡਵਾਈਡ ਜਾਂਦੇ ਹੈਗੇ ਗੁਰਦੁਆਰਾ ਕਰਤਾਰਪੁਰ ਸਾਹਿਬ ਇਹ ਇੱਕ ਬਹੁਤ ਅੱਛਾ ਉੱਥੇ
पाकिस्तान के जिहड़े एमिनेंट 10 पेंटर हैगे उन्होंने गुरु साहब जी नाल रिलेटेड पेंटिंग्स भी कीतियां हैगियां। बहुत सारे दर्शक इहदे विच इंट्रस्ट नहीं लैंदे पर जिहड़े दर्शक जाण साडे पिलग्रम उन्होंने इस हाल विच भी जाना चाहिए हैगा। बाकी जो भी जाते हैं जोड़े श्रद्धालु इधरों वो उत्थे एक बाज़ार हैगा उत्थे फ्रीली मिल सकते ज गुरद्वारा साहब के कॉम्पलैक्स में बहुत सोहनी अच्छी अच्छी शॉप्स भी है कपड़े दियाँ है जुत्तियां दियाँ खाने पीने दियाँ है ड्राई फ्रूट दियाँ काफ़ी है इस तरह दॉप्स तो पाकिस्तान के भी काफ़ी जोड़े सिटीजन आ जो आप गए थे उदों कोई राउंड बोट 6-7 हज़ार श्रद्धालु आए थे इस मार्केट से भी मिले है आप बहुत प्रेम प्यार होंगे मिले आओ गलबात क्या नाम क्या आपका भाई साहब? नाम अजी मुस्तफा बाबा चौलाला। वाह 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 अच्छा चौलाला कहाँ से हो आप? हम पाकिस्तान से हैं, सियालकोट से हैं। ये शॉप है हमारी। ओ वाह 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 ये देखो ये आपके पंजाब के अखबारों में हमारा नाम आ गया है पढ़ो कैसा बाबा बहुत बढ़िया गुरुद्वारा करतारपुर साहब से चाचा चौला वाला ये हमारी शॉप है हम आपको वेलकम कहते हैं कि आप तशरीफ ले आए हो। हाँ जी जी आए नु कहने खुश आमदेद कहने थानू इंशाल्लाह इतो मजा आया होगा इसलिए तुसी पाकिस्तान की धरती ते कदम रखे थानू कोई मसला मसायल पेश नहीं आया होगा। हाँ जी बड़े अच्छे तरीके नाल असी ਤੁਹਾਨੂੰ ਵੈਲਕਮ ਕਹਿੰਦੇ ਆ ਪਾਕਿਸਤਾਨ ਤੁਹਾਨੂੰ ਵੈਲਕਮ ਕਹਿੰਦਾ ਜੀ ਆਇਆਂ ਨੂੰ ਕਹਿੰਦੇ ਆ ਥੈਂਕ ਯੂ ਥੈਂਕ ਯੂ ਕਰਤਾਰਪੁਰ ਤੁਹਾਡੇ ਵਾਸਤੇ ਰਾਹਦਾਰੀ ਖੋਲੀ ਏ ਹਕੂਮਤੇ ਪਾਕਿਸਤਾਨ ਨੇ ਤੇ ਹੁਣ ਤੁਸੀਂ ਨਾ 5,000 ਤੇ ਬੰਦਾ ਆਓ ਨਾ ਹੁਣ ਕਿਹੜੀ ਗੱਲ ਤੋਂ ਡਰਦੇ ਹੋ ਖੁੱਲੇ ਵਿਹੜੇ ਆਓ ਵਿਹੜੇ ਖੁੱਲੇ ਹੋ ਗਏ ਤੁਹਾਡੇ ਵਾਸਤੇ ਹੌਲੀ ਹੌਲੀ ਅੱਗੇ ਵੱਧ ਰਿਹਾ ਹੈਗਾ ਕੋਈ ਨੀ ਵੱਧਦਾ ਪਿਆ 2-250 ਤੋਂ ਬੰਦਾ ਵੱਧਦਾ ਹੀ ਨੀ ਪਿਆ ਨਜ਼ਰ ਹੀ ਨੀ ਪਿਆਉਂਦਾ ਤੇ ਕਿਉਂ ਇੰਜ ਕਰਦੀ ਪਈ ਤੁਹਾਡੀ ਸਰਕਾਰ ਨੂੰ ਇੰਜ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਤੁਹਾਡੇ ਇੱਥੇ ਆਬਾਦਗਾਹ ਤੇ ਆਉਣ ਦੇਣਾ ਚਾਹੀਦਾ ਇਜਾਜ਼ਤ ਦੇਣੀ ਚਾਹੀਦੀ ਸਾਨੂੰ ਦੇਖੋ ਤੁਸੀਂ ਜਿਸਲੇ ਆਏ ਹੋ ਤੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਈ ਕੋਈ ਪ੍ਰੋਬਲਮ ਹੈ ਜੀ ਉਹ ਵੇੜਾ ਖੁੱਲਿਆ ਤੁਹਾਡੇ ਵਾਸਤੇ ਮਗਰ ਇਹ ਦੁਕਾਨ ਕਦੋਂ ਖੋਲੀ ਸੀ ਇਹ ਜਦੋਂ ਦੀ ਇੱਥੇ ਮਤਲਬ ਰਾਤਰੀ ਖੁੱਲੀ ਹੋਈ ਹੈ ਅੱਛਾ ਜਦੋਂ ਇਹ ਉਦੋਂ ਜੀ ਆ ਸਾਡੀਆਂ ਚੀਜ਼ਾਂ ਬੜੀਆਂ ਅੱਛੀਆਂ ਨੇ ਮਠਾਈ ਬੜੀ ਅੱਛੀ ਹੈ ਵਾਹ 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 ਹੈ ਜੀ ਬਹੁਤ ਤਾਜ਼ੀਆਂ ਅੱਛੀਆਂ ਚੀਜ਼ਾਂ ਨੇ ਨਹੀਂ ਅਖਰੋਟ ਵਗੈਰਾ ਲੈ ਕੇ ਜਾਂਦੇ ਆ ਅਖਰੋਟ ਵੀ ਲੈ ਕੇ ਜਾਓ ਇਹ ਵੇਖੋ ਸਾਡਾ ਇੱਕ ਲੌਰੀ ਪਕੌੜਾ ਹੈ ਜਿਹੜਾ ਪੂਰੇ ਇੰਡੀਆ ਛਾਏ ਅੱਜ ਕੱਲ ਅੱਛਾ 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 ਜੀ ਜਿਦਾਂ ਬਾਬਾ ਛਾ ਗਿਆ ਚੌਲਾਂ ਦਾ ਚਾਚਾ ਚੌਲਾਂ ਛਾ ਗਿਆ ਇਸੇ ਤਰ੍ਹਾਂ ਚੀਜ਼ਾਂ ਵੀ ਛਾ ਗਈਆਂ ਨੇ ਚਲੋ ਬਹੁਤ ਅੱਛਾ ਲੱਗਾ ਮੈਂ ਸਭ ਨੂੰ ਇਹ ਕਰਨਾ ਕਿ ਬਾਈ ਤੁਸੀਂ ਜਦੋਂ ਵੀ ਇੱਥੇ ਕਰਤਾਰਪੁਰ ਤਸ਼ਰੀਫ ਲਿਆਓ ਤੇ ਚਾਚੇ ਚੌਲਾਂ ਦੀ ਦੁਕਾਨ ਜ਼ਰੂਰ ਆਓ ਮਿਹਰਬਾਨੀ ਮਿਹਰਬਾਨੀ ਤੁਹਾਡੀ ਬੜੀ ਮਿਹਰਬਾਨੀ ਥੈਂਕ ਯੂ ਸਤਿ ਸ਼੍ਰੀ ਅਕਾਲ ਸਰ ਰਣਜੀਤ ਸਿੰਘ ਜੀ ਤੁਸੀਂ ਗੁਰਦੁਆਰਾ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਬਤੌਰ ਮੈਨੇਜਰ ਦੀ ਸੇਵਾ ਨਿਭਾ ਰਹੇ ਹੋ ਇੱਥੇ ਜਿਨ੍ਹਾਂ ਨੇ ਸ਼ਰਧਾਲੂਆਂ ਨੇ ਕਰਤਾਰਪੁਰ ਕੋਰੀਡੋਰ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣਾ ਹੈਗਾ ਕੋਈ ਬੁਕਿੰਗ ਦੀਆਂ ਜਾਂ ਇਸ ਤਰ੍ਹਾਂ ਦੀਆਂ ਗਾਈਡੈਂਸ ਦੀਆਂ ਕੋਈ ਫੈਸਿਲਿਟੀਜ਼ ਰੱਖੀਆਂ ਤੁਸੀਂ ਹਾਂਜੀ ਪਿਛਲੇ ਸਾਲ ਜੋ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ ਗਿਆ ਸੰਗਤਾਂ 'ਚ ਬਹੁਤ ਭਾਰੀ ਉਤਸ਼ਾਹ ਹੈਗਾ ਸੀ ਉਦੋਂ ਜੀ ਹਾਂਜੀ ਪਰੰਤੂ ਕੁਝ ਕਾਰਨਾਂ ਕਰਕੇ ਸੰਗਤ ਬਹੁਤ ਘੱਟਦੀ ਘੱਟ ਗਈ ਹੁਣ ਤਕਰੀਬਨ 2-250 ਦੇ ਕਰੀਬ ਜਾਂਦਾ ਵਾ ਜੀ ਹਾਂਜੀ ਹਾਂਜੀ ਅਤੇ ਸੰਗਤਾਂ ਜਾਂ ਪੁੱਛੀ ਤਾਂ ਕਿ ਕੋਈ ਮੁਸ਼ਕਿਲ ਆ ਉਹਨਾਂ ਇਹ ਮੁਸ਼ਕਿਲ ਵੱਡੀ ਦੱਸੀ ਜਾਂਦੀ ਹੈ ਸਾਨੂੰ ਪਾਸਪੋਰਟ ਸਾਡੇ ਕੋਲ ਨਹੀਂ ਹੈਗੇ ਜੀ ਹਾਂਜੀ ਹਾਂਜੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਦਾਇਤਾਂ ਅਨੁਸਾਰ ਪ੍ਰਧਾਨ ਸਾਹਿਬ ਦੇ ਅਨੁਸਾਰ ਇੱਥੇ ਬੁਕਿੰਗ ਲਈ ਕਾਊਂਟਰ ਖੋਲ੍ਹਿਆ ਗਿਆ ਵਾ ਉਹ ਵੀ ਆਦਮੀ ਕਿਸੇ ਟਾਈਮ ਆ ਕੇ ਇੱਥੇ ਬੁਕਿੰਗ ਕਰਾ ਸਕਦਾ ਜਾਣ ਵਾਸਤੇ ਜੀ ਅੱਛਾ ਅੱਛਾ ਇਹ ਅੱਛੀ ਗੱਲ ਆ ਮਤਲਬ ਪਹਿਲਾਂ ਲੋਕ ਕੰਪਲੇਂਟ ਕਰਦੇ ਸੀ ਵੀ ਉੱਥੇ ਡੇਰਾ ਬਾਬਾ ਨਾਨਕ ਇੱਦਾਂ ਦਾ ਕੋਈ ਬੁਕਿੰਗ ਕਾਊਂਟਰ ਨਹੀਂ ਹੈਗਾ ਅਤੇ ਹੁਣ ਜਿਸ ਕਿਸੇ ਨੇ ਵੀ ਕੋਈ ਬੁਕਿੰਗ ਕਰਾਉਣੀ ਹੈਗੀ ਉਹਦੇ ਲਈ ਕੀ ਕੀ ਚੀਜ਼ਾਂ ਦੀ ਰਿਕੁਆਇਰਮੈਂਟ ਇਹ ਵੀ ਦੱਸ ਦਿਓ ਇੱਕ ਪਾਸਪੋਰਟ ਅਤੇ ਇੱਕ ਆਧਾਰ ਕਾਰਡ ਜੀ ਪਾਸਪੋਰਟ ਆਧਾਰ ਕਾਰਡ ਹਾਂਜੀ ਹਾਂਜੀ ਉਹ ਲੈ ਕੇ ਦਿਨ ਵੇਲੇ ਆਪਣੇ ਵਰਕਿੰਗ ਟਾਈਮ ਵਿੱਚ ਆ ਜਾਵੇ ਅਤੇ ਉਹਦੀ ਬੁਕਿੰਗ ਉਸੇ ਵੇਲੇ ਤੁਰੰਤ ਬੁਕਿੰਗ ਕੀਤੀ ਜਾਂਦੀ ਹੈ ਅੱਛਾ ਚਲੋ ਬਹੁਤ ਅੱਛੀ ਗੱਲ ਇੱਕ ਇਹਦੇ ਨਾਲ ਨਾਲ ਤੁਸੀਂ ਆਪਣੇ ਵੱਲੋਂ ਸ਼ਰਧਾਲੂ ਹੋਰ ਵੱਧ ਜਾਣ ਮੇਰੇ ਖਿਆਲ ਜਿੰਨੀ ਕੁ ਮੇਰੀ ਨੌਲੇਜ ਆ ਸ਼੍ਰੋਮਣੀ ਕਮੇਟੀ ਨੇ ਪੂਰੇ ਪੰਜਾਬ ਵਿੱਚ 35-36 ਕਾਊਂਟਰ ਹੋਰ ਜਗ੍ਹਾ ਵੀ ਖੋਲ੍ਹੇ ਹੈਗੇ ਆ ਅਤੇ ਇਹਦੀ ਗਿਣਤੀ ਹੋਰ ਵੱਧ ਜਾਵੇ ਕੋਈ ਤੁਸੀਂ ਪਾਸਪੋਰਟ ਸੰਬੰਧੀ ਜਾਂ ਕੋਈ ਹੋਰ ਇੱਦਾਂ ਦੀ ਕੋਈ ਸੁਝਾਅ ਸਰਕਾਰ ਨੂੰ ਜਾਂ ਕੀ ਦੇਣਾ ਚਾਹੁੰਦੇ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਪਾਸਪੋਰਟ ਦੀ ਸਰਤ ਖਤਮ ਕੀਤੀ ਜਾਵੇ ਹਾਂਜੀ ਅਤੇ ਸਿਰਫ ਆਧਾਰ ਕਾਰਡ 'ਤੇ ਇਹ ਬੁਕਿੰਗ ਸ਼ੁਰੂ ਕੀਤੀ ਜਾਵੇ ਜੀ ਹਾਂਜੀ ਫਿਰ ਗਿਣਤੀ 'ਚ ਕਾਫੀ ਵਾਧਾ ਹੋ ਸਕਦਾ ਫਿਰ 5,000 ਜਿਹੜੀ ਗਿਣਤੀ ਮੇਰੇ ਹੋ ਸਕਦਾ 5 ਤੋਂ ਵੀ ਵੱਧ ਸਕਦੀ ਫਿਰ ਜੇ ਇਕੱਲੇ ਆਧਾਰ ਕਾਰਡ 'ਤੇ ਬੁਕਿੰਗ ਹੋਵੇ ਚਲੋ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜੀ